ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਵੈਲਕਮ ਟੂ ਆਰ ਵਲੌਗ। ਅੱਜ ਦਾ ਵਲੌਗ ਅਸੀਂ ਪੰਜਾਬੀ 'ਚ ਕਰਾਂਗੇ ਕਿਉਂਕਿ ਅੱਜ ਸਾਡਾ ਦਿਲ ਕਰ ਰਿਹਾ ਪੰਜਾਬੀ 'ਚ ਵਲੌਗ ਕਰਨ ਦਾ। ਅਸੀਂ ਇੱਥੇ ਪ੍ਰਵੀਨ ਨੂੰ ਮੈਂ ਸਕੂਲ ਤੋਂ ਲੈਣ ਗਈ ਸੀ ਤੇ ਇਹਦੀ ਗੱਲਾਂ ਸੁਣੋ। ਕੀ ਕਹਿੰਦੇ ਸੀ ਤੁਹਾਨੂੰ? ਵੈਰੀ ਗੁੱਡ। ਫਿਰ ਤੁਸੀਂ ਕੀਤੀ ਸੀ? ਹਾਂਜੀ, ਮੈਂ ਬਹੁਤ ਅੱਛੀ ਕੀਤੀ ਸੀ। ਵੈਲ ਡਨ। ਇਹ ਤੇ ਬਹੁਤ ਸਿਆਣਾ ਬੱਚਾ ਹੈ ਮੰਮਾ ਦਾ, ਹੈ ਨਾ? ਹਾਂਜੀ ਮੰਮਾ। ਉਹਨਾਂ ਔਰ ਮੈਨੂੰ ਸਟੈਂਡਿੰਗ ਲਾਈਨ ਨਾ ਉਹਨਾਂ ਇੱਥੋਂ ਦੀ ਆਪਾਂ ਗਏ ਸਲੂਨ। ਸਲੂਨ ਵਿੱਚ ਕੀ ਕਰਵਾਇਆ ਮੰਮਾ ਨੇ? ਥਰੈਡਿੰਗ। ਫਿਰ ਆਪਾਂ ਸ਼ਾਮੀ ਦੁਪਹਿਰੇ ਖਾਦੇ ਐਪਲ ਆ ਕੇ ਅਜੇ ਸੁਖਮਨੀ ਸਕੂਲੋਂ ਆਈ ਨਹੀਂ ਸੀ। ਹੈਲੋ। ਫਿਰ ਆਪਾਂ ਐਪਲ ਖਾਦਾ। ਔਰ ਕੀ ਗਨ ਵੀ ਲੈ ਕੇ ਆਏ ਹੋ ਉਹ ਵੀ ਦੱਸੋ। ਦਿਖਾਓ। ਫਿਰ ਸੁਖਮਨੀ ਸਕੂਲੋਂ ਆ ਕੇ ਪ੍ਰਵੀਰ ਦੀ ਗੱਲ ਨਾਲ ਖੇਡਣ ਲੱਗ ਪਈ। ਮੈਨੂੰ ਇਹਦੀ ਗੱਲ ਬਹੁਤ ਸੁੰਦਰ ਲੱਗ ਰਹੀ ਸੀ। अब हम रेस्ट करने लगे हैं। यस। फिर हम उठेंगे तो क्या होगा? मैम आएंगे। फिर सुखमनी पढ़ेगी मैम से और प्रभु भी अपना होमवर्क करेगा। दोनों नु सुते उठा, है ना प्रभु? सुतिया नु उठाना बड़ा ही औखा काम है। ਫਿਰ ਆਪਾਂ ਉੱਠ ਕੇ ਸ਼ਾਮੀ ਮੈਗੀ ਖਾਧੀ ਕਿਉਂਕਿ ਸੁਖਮਨੀ ਦੀ ਮੈਡਮ ਆਈ ਨਹੀਂ ਸੀ ਉਸ ਦਿਨ। ਫਿਰ ਚੋਕਲੇਟ ਡੇ ਸੀ ਤੇ ਸਨੀ ਜੀ ਮੇਰੇ ਵਾਸਤੇ ਚੋਕਲੇਟ ਲੈ ਕੇ ਆਈ। ਥੈਂਕ ਯੂ ਫੋਰ ਵਾਚਿੰਗ। ਬਾਏ।